ਕਿਵੇਂ ਆ? ਠੀਕ ਆ? ਕਾਹ ਤੋਂ ਰੋਂਦੀ ਆ? ਹੈਂ? ਕਾਹ ਤੋਂ ਰੋਂਦੀ? ਕੀ ਗੱਲ ਹੋਈ? ਦੱਸ, ਮਨ ਹਲਕਾ ਕਰ, ਕਾਹ ਤੋਂ ਰੋਂਦੀ? ਹੈਂ? ਅੱਛਾ, ਇਹ ਮਤ ਤੇਰੇ ਪੁੱਤ ਆ ਦੋਨੇ? ਅੱਛਾ, ਤੇ ਇਹ ਕੀ ਕਰਦੇ? ਕੀ ਆ ਮਤਲਬ, ਕਿੰਨੀ ਕੁ ਸਮਝ ਆ ਇਹਨਾਂ ਨੂੰ ਮਾਤਾ? ਅੱਛਾ, ਤੇਰਾ ਕਹਿਣਾ ਮੰਨ ਲੈਂਦੇ ਆ? ਮੰਨਦੇ ਵੀ ਹੈਗੇ ਜੀ, ਨਹੀਂ ਮੰਨਦੇ, ਮੰਨਦੇ ਉਹਦਾ ਤਾਂ ਕਹਿਣਾ ਰਾਤ ਨੂੰ। ਗੁੱਸਾ ਤਾਂ ਨਹੀਂ ਕਰਦੇ? ਕੋਈ ਮਾਰ ਤਾਂ ਨਹੀਂ ਕੁੱਟ ਕਰਦੇ? ਨਹੀਂ, ਉਧਰ ਰੋਕਦੇ ਨਹੀਂ ਨਾ। ਅੱਛਾ, ਦੱਬਾ ਘਰੋਂ ਨਿਕਲਦੇ ਆ? ਘਰੋਂ ਬਸ ਇਹ ਨਿਕਲਦੇ। ਅੱਛਾ, ਮਾਤਾ ਇਹਨਾਂ ਦਾ ਜਿਹੜਾ ਬਾਪ ਸੀ, ਕੀ ਕੰਮ ਦਿਹਾੜੀ ਕਰਦਾ ਸੀ? ਅੱਛਾ, ਦੋਨੇ ਸ਼ੁਰੂ ਤੋਂ ਹੀ ਇੱਦਾਂ ਆ, ਜਮਾਂਦਰੂ ਤੋਂ ਹੀ ਆ? ਅੱਛਾ, ਪੜੇ ਪੁੜੇ ਸਕੂਲ ਗਏ ਕਿਤੇ? ਕੁਛ ਜਾਂਦੇ ਛੁੱਟੀਆਂ ਰਹਿਣਾ, ਪੱਟੀਆਂ ਪੱਟੀਆਂ ਖੇਡ ਕਰਨਾ। ਅੱਛਾ, ਕਿੰਨੀ ਕਿੰਨੀ ਉਮਰ ਹੋ ਗਈ ਆ ਮਾਤਾ ਇਹਨਾਂ ਦੀ, ਕੋਈ ਅੰਦਾਜ਼ਾ? ਨਹੀਂ, ਅੰਦਾਜ਼ਾ ਨਹੀਂ ਹੈਗਾ ਮਾਤਾ। ਤੇਰੀ ਉਮਰ ਮੈਨੂੰ ਲੱਗਦਾ 90 ਤੋਂ ਉੱਪਰ ਹੋਣੀ ਆ ਨਾ। ਹੁਣ ਮਾਤਾ ਕਿੱਦਾਂ ਕਰੀਏ ਇਹਨਾਂ ਦਾ, ਦੱਸ ਤੂੰ। ਹਾਂਜੀ, ਹਾਂ, ਹੁਣ ਤੂੰ ਕਿਹਦੇ ਕੋਲ ਰਹੂੰਗੀ ਮਾਤਾ ਫਿਰ? ਘਰ ਦੇ ਵਿੱਚ ਤਿੰਨੇ ਹੀ ਜਾਣੇ ਆ ਨਾ ਤੁਸੀਂ, ਰੋਟੀ ਪਾਣੀ ਕੌਣ ਦਿੰਦਾ? ਕਾਹਤੋਂ ਰੋਂਦੀ ਮਾਤਾ? ਕੋਈ ਗੱਲ ਨੀ, ਫੁਲਕੇ ਪਕਾ ਦਿੰਦੀ ਉਹ ਮਾਤਾ। ਸਾਡੀ ਦੋ ਪੁੱਤ ਆ ਦੋਨੇ ਹੀ, ਜਿਹੜੇ ਤੇ ਪੁੱਤ ਆ, ਦੋਨੇ ਪੁੱਤ ਜਿਹੜੇ ਮੈਂਟਲੀ ਅਪਸੈਟ ਆ। ਮਾਂ ਵਿਚਾਰੀ ਜਿੰਨਾ ਚੱਕਰ ਤਾਂ ਸਾਂਭਦੀ ਸੀ, ਜਿੰਨਾ ਚੱਕਰ ਤਾਂ ਚੱਲਦੀਆਂ ਸੀ, ਮਾਤਾ ਦੇਖਭਾਲ ਕੀਤੀ, ਆਪਣੇ ਪੁੱਤਾਂ ਨੂੰ ਛੱਡਿਆ ਨਹੀਂ, ਆਪਣੇ ਗਲ ਨਾਲ ਲਾ ਕੇ ਦੇਖਭਾਲ ਸੇਵਾ ਸੰਭਾਲ ਕਰਦੀ ਰਹੀ। ਪਰ ਹੁਣ ਮਾਂ ਦੀਆਂ ਲੱਤਾਂ ਜਿਹੜੀਆਂ ਉਹ ਜਵਾਬ ਦੇ ਗਈਆਂ, ਅਤੇ ਹੁਣ ਮਾਂ ਵੀ ਤੰਗ ਆ, ਕਿਸੇ ਦੇ ਸਹਾਰੇ ਹੁਣ ਕੋਈ ਗੁਆਂਢਣ ਰੋਟੀ ਦੇ ਦਿੰਦੀ ਆ ਮਾਂ ਨੂੰ, ਉਹ ਪਕਾ ਦਿੰਦੀ ਆ। ਅਤੇ ਮਾਤਾ ਰੋ ਕਹਿੰਦੇ, ਰੋਨੀ ਕਾਹਤੋਂ ਆ? ਹੈਂ, ਦੱਸ, ਹੁਣ ਤਾਂ ਆ ਗਿਆ ਚੰਗੀ ਜਗ੍ਹਾ ਉਹ, ਹੈਂ, ਰੱਖ ਲਈਏ ਅਸੀਂ? ਹਾਂ, ਕਿੱਦਾਂ ਵੀ, ਕੀ ਨਾਂ ਤੇਰਾ, ਨਾਮ ਕੀ ਆ? ਹੈਂ, ਕੀ ਨਾਂ? ਇੰਦੀ ਕੁੰਜੀ? ਕੁੰਜੀ ਤਾਲੇ ਦੀ ਕੁੰਜੀ? ਨਹੀਂ, ਤਾਲੇ। ਹਾਂ, ਰਹਿਣਾ ਮੇਰੇ ਕੋਲ ਇੱਥੇ? ਨਹੀਂ। ਕਾਹਤੋਂ? ਲੈ, ਮਾਂ ਕੋ ਰਹਿਣਾ, ਮਾਤਾ ਤੋਂ ਰਹਿਣਾ? ਹੈ, ਇੱਥੇ ਰਹਿਣਾ। ਮਾਤਾ ਨੇ ਵੀ ਇੱਥੇ ਰਹਿਣਾ ਆ? ਹੈ, ਇੱਥੇ ਰਹਿਣਾ। ਬੋਲ, ਮਾਤਾ ਨੇ ਵੀ ਇੱਥੇ ਰਹਿਣਾ ਆ? ਹਾਂ, ਇਹਦਾ ਨਾਮ ਕੀ ਆ ਵੀ, ਤੇਰਾ ਨਾਮ ਕੀ ਆ? ਜਿੰਦਰ। ਤੂੰ ਰਹਿਣਾ ਸਾਡੇ ਕੋਲ? ਹੈ, ਰਹਿਣਾ ਕਿ ਨਹੀਂ? ਹੋਰ ਹੈ, ਚੱਲ ਦੋਨਾਂ ਜਾਣਿਆਂ ਨੇ, ਚੱਲ ਹੁਣ ਰਹਿਣਾ, ਠੀਕ ਆ, ਮੇਰੇ ਕੋਲ ਰਹਿਣਾ ਨਾ, ਮੇਰੇ ਕੋਲ ਬੋਲ। ਹੈ, ਕੋਈ ਨੀ ਮਾਤਾ, ਚੱਲ ਜਿੰਨੇ ਕੁ ਜੋਗੇ ਹੈਗੇ ਅਸੀਂ ਦੇਖਭਾਲ ਕਰਾਂਗੇ ਮਾਤਾ, ਠੀਕ ਆ। ਤੇਰੇ ਵਾਂਗੂ ਤਾਂ ਨਹੀਂ ਕਰ ਸਕਦੇ, ਹੈ, ਕੋਸ਼ਿਸ਼ ਜ਼ਰੂਰ ਕਰਾਂਗੇ। ਸਾਡੀ ਮਾਂ ਨੇ ਤਾਂ ਪੁੱਤ ਦੋਨੇ ਸਾਂਭੇ ਆ, ਹੈ, ਤੂੰ ਤਾਂ ਪੂਰੀ ਜ਼ਿੰਦਗੀ, ਨਾ ਨਾ ਰੋ ਮਾਤਾ, ਨਾ ਰੋ, ਤੂੰ ਤਾਂ ਪੂਰੀ ਜ਼ਿੰਦਗੀ ਗੱਲ ਨਾਲ ਲਾ ਕੇ ਰੱਖੇ ਨੇ ਤਾਂ ਇੱਥੇ ਮਾਤਾ। ਆਪਣੇ ਮੁੰਡਿਆਂ ਨੂੰ ਕੋਈ, ਅਸੀਂ ਦੇਖਦੇ ਹਾਂ ਜਿਸ ਜਗ੍ਹਾ ਤੇ ਬੈਠੇ ਹਾਂ ਲੋਕ ਛੱਡੀ ਜਾਂਦੇ ਆ। ਚੱਲ ਇੱਦਾਂ ਦਾ ਨਹੀਂ ਹੈਗੇ ਤੇਰੇ ਪੁੱਤ ਤੇਰੇ ਕੋਲ ਆ, ਤੈਨੂੰ ਤਾਂ ਨਹੀਂ ਛੱਡਣ ਗਏ, ਨਹੀਂ ਤਾਂ ਕਈ ਇਹੋ ਜਿਹੇ ਪੁੱਤ ਹੈਗੇ ਮਾਤਾ ਜਿਹੜੀਆਂ ਆਪਣੀਆਂ ਮਾਵਾਂ ਛੱਡਣ ਆਉਂਦੇ ਆ, ਜਿਹੜੇ ਆਪਣੇ ਮਾਂ ਪਿਓ ਨੂੰ ਛੱਡਣ ਆਉਂਦੇ ਸਾਡੇ ਕੋਲ, ਠੀਕ ਆ ਨਾ। ਅੱਛਾ, ਪਿੰਡ ਚੋਂ ਸਾਰੇ ਹੀ ਆਣੇ ਆਏ ਆ ਜੀ, ਤੇ ਮੇਰੇ ਵੀਰ ਦਸੋਏ ਤੋਂ ਸਾਡੇ ਬਿੰਦੂ ਭਾਅ ਜੀ ਉਹ ਵੀ ਪਹੁੰਚੇ ਆ, ਤੇ ਤੁਸੀਂ ਮਾਮਾ ਜੀ ਆ ਜੀ? ਹੁਣ ਤੁਸੀਂ ਮਾਮਾ ਜੀ, ਤੁਸੀਂ ਸਰਪੰਚ ਸਾਹਿਬ ਆ ਨਾ ਜੀ, ਤੁਸੀਂ ਨਗਰ ਤੋਂ ਆ ਨਾ ਜੀ? ਪੰਜ ਸਾਹਿਬ ਜੀ, ਠੀਕ ਆ ਜੀ। ਤੇ ਸਰਪੰਚ ਸਾਹਿਬ, ਕੀ ਘਰ ਦੀ ਕੰਡੀਸ਼ਨ ਜੋ ਦੱਸੀ ਮਾਤਾ ਨੇ, ਕੋਈ ਸਾਂਭਣੇ ਵਾਲਾ ਕੋਈ? ਹਾਂਜੀ, ਠੀਕ ਹੈ, ਉਹਨਾਂ ਦੀ ਮਾਤਾ ਹੀ ਹੈ, ਇੱਕ ਦੋ ਬਸ ਇਹੀ ਆ ਨਾ ਜੀ।
ਠੀਕ ਹੈ ਮੈਂਟਲੀ ਇਹ ਦੋਨੇ ਕੋ ਕੰਮ ਕਰ ਕਰਦੇ ਨਹੀਂ ਨਹੀਂ ਕੁਛ ਨਹੀਂ ਕਰਦੇ ਠੀਕ 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 ਦਾ ਹਿੱਸਾ ਬਣਦਾ ਘਰ ਦਾ ਘਰ ਨਹੀਂ ਬਣਦੀ ਕਿਸੇ ਨੂੰ ਵੀ ਲੈਣਾ ਹਰ ਦੋ ਭਰ ਨਹੀਂ ਇੱਕੋ ਭਰੀ ਮੈਂ ਕਰ ਲਵਾਂ ਦਾ ਸਲਾਹ ਹੈ ਜਿਹੜਾ ਤੇਰਾ ਪਤਾ ਕੀ ਆ ਘਰ ਵੀ ਇਹਨਾਂ ਨਾ ਉਹ ਵੀ ਸਾਡੇ ਕੋਲ ਗੰਦੇ ਛੱਡ ਕੇ ਉਹ ਤਾਂ ਘਰ ਆ ਦੁਕਾਨ ਨੂੰ ਘਰ ਹੀ ਕੋਈ ਉੱਥੇ ਸਾਂਭ ਲੈ ਕੋਈ ਕਿਉਂ ਭਾਜੀ ਮੈਂ ਭਾਜੀ ਨਾਲ ਗੱਲ ਕੀਤੀ ਸੀ ਕਲੀਅਰ ਕਰ ਕਰ ਦਿੱਤੀ ਮੈਂ ਘਰ ਛੱਡਿਆ ਸਵਾਰਥ ਨਹੀਂ ਥੋੜਾ ਸਾਂਭ ਸਾਂਭ ਇੱਦਾਂ ਨਹੀਂ ਹੁੰਦੀ ਹੈਗੀ ਸੇਵਾ ਕਰਨ ਦੇ ਨਾਲ ਘਰ ਨਹੀਂ ਸਾਂਭਣਾ ਸਰਵਾ ਸਾਹਿਬ ਜਿਹੜੀ ਗੱਲ ਬਣਦੀ ਸੀ ਸਾਡੇ ਕੋਲ 6 ਕਿੱਲੇ ਵਾਲਾ ਮਾਲਕ ਬੈਠਾ ਹੋ ਗਿਆ ਠੀਕ ਹੈ ਨਾ ਤੇ ਅਸੀਂ ਉਹ ਥੋੜੇ ਦਿਨ 6 ਕਿੱਲੇ ਆਪਣੇ ਨਾਲ ਵਾਲਾ ਨੇ ਨਹੀਂ ਪ੍ਰਾਪਰਟੀਆਂ ਲਿਆ ਤੁਹਾਨੂੰ ਤੁਸੀਂ ਪ੍ਰਾਪਰਟੀ ਤੇ ਮੇਰਾ ਤੁਸੀਂ ਕਿਹਾ ਪੈਨਸ਼ਨ ਦਾ ਸੀ ਨਹੀਂ ਕਿਹਾ ਨਹੀਂ ਅਸੀਂ ਨਹੀਂ ਲੈਣਾ ਨਹੀਂ ਪਰ ਤੁਸੀਂ ਰੱਬ ਇਹ ਨਾ ਸਰਪੰਚ ਸਾਹਿਬ ਕਰੋ ਤੁਸੀਂ ਆਪ ਸਿਆਣੇ ਆ ਦੇਖੋ ਬੰਦੇ ਤੁਸੀਂ ਮੇਰੇ ਕੋਲ ਛੱਡ ਜਾਓ ਨਹੀਂ ਉਹਨਾਂ ਨੂੰ ਪੁੱਛ ਲਓ ਨਾ ਇਹਨਾਂ ਕਿਹੜੇ ਬੰਦੇ ਕੌਣ ਆ ਇਹਨਾਂ ਤੁਸੀਂ ਆਏ ਤਾਂ ਚਲੋ ਤਾਂ ਆਏ ਵੀ ਸਰਪੰਚ ਸਾਹਿਬ ਨਾਲ ਹੀ ਇਹਦਾ ਵੀ ਕੋਈ ਸੇਵਾ ਕਰਦਾ ਉਹ ਲਿਖਾ ਦੇ ਵੀ ਇਹ ਤਾਂ ਦੋਨਾਂ ਭਰਾਵਾਂ ਤੋਂ ਜਾਣ ਤੋਂ ਬਾਅਦ ਮਾਤਾ ਦੇ ਜਾਣ ਤੋਂ ਬਾਅਦ ਉਹ ਘਰ ਤੁਹਾਡੇ ਨਾਲ ਜਿਹਨੂੰ ਵੀ ਮਾਤਾ ਕਹੇਗੀ ਉਹ ਚਲੋ ਉਹ ਵੀ ਹੋ ਜਾਏਗਾ ਮਾਤਾ ਦਾ ਦਾਦਾ ਪਰ ਹੋਊਗਾ ਜਿਹੜਾ ਜਿਹੜਾ ਬੰਦਾ ਜਾਂਦਾ ਉਹ ਭਰ ਦੇਣਾ ਇੱਕ ਪੁਲਿਸ ਵਾਲਾ ਫਾਰਮ ਹੁੰਦਾ ਕੀ ਕਹਿੰਦੇ ਭਾਜੀ ਥਾਣੇ ਥਾਣੇ ਤੱਕ ਵੀ ਸਾਰੇ ਜਾਂਦੇ ਸਾਰੇ ਰਿਕਾਰਡ ਸਾਰਾ ਥਾਣੇ ਵੀ ਪਿਆ ਠੀਕ ਹੈ ਤੁਹਾਡੇ ਕੋਲ ਮਾਤਾ ਰਹਿੰਦੀ ਆ ਜਾਂ ਰੋਟੀ ਦੇਣੇ ਵਾਲਾ ਰੋਟੀ ਘਰ ਤੋਂ ਦਿਨ ਸਾਰਾ ਉਹਨਾਂ ਰੋਟੀ ਦੇਣ ਜਾਂਦਾ ਪਰਮਾਤਮਾ ਬੈਠਾ ਸ਼ਾਇਦ ਤੈਨੂੰ ਪਤਾ ਨੀ ਕੀ ਦੇ ਦੇਣਾ ਜੇ ਤੂੰ ਸੇਵਾ ਕੀਤੀ ਨਾ ਮਾਂ ਦੀ ਸ਼ਾਇਦ ਤੈਨੂੰ ਪਤਾ ਨੀ ਤੱਕਣਾ ਤੈਨੂੰ ਕੀ ਦੇ ਦਿੱਤਾ ਪਰ ਸਵਾਰਥ ਆਪਣੇ ਮਨ ਚੋਂ ਕੱਢ ਕੇ ਜੇ ਕਿਤੇ ਇਹ ਕੰਮ ਕਰ ਲਈਏ ਨਾ ਮੈਂ ਕਿਹਾ ਪਰਮਾਤਮਾ ਤੈਨੂੰ ਆਪਣੇ ਆਪ ਹੀ ਤੈਨੂੰ ਸਭ ਕੁਝ ਆਇਆ ਚਲੋ ਠੀਕ ਹੈ ਜੀ ਨੇ ਉਹਦੇ ਲਈ ਵੀ ਚਲੋ ਜਿਹੜਾ ਆਪਾਂ ਕਹਿੰਦੇ ਨਾ ਸੀ ਲੋ ਹਾਂ ਉਹ ਕਰਾ ਲਓ ਐਫੀਡੈਵਿਟ ਕਰਾ ਲਓ ਸਾਡਿਆਂ ਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਦੇ ਜਾਣ ਤੋਂ ਬਾਅਦ ਹਾਂ ਜੀ ਇਹ ਨਹੀਂ ਸਾਡੇ ਕੋਲ ਬੰਦੇ ਛੱਡ ਕੇ ਤੇ ਪਿੱਛੇ ਮਾਤਾ ਦੇ ਜਾਣ ਤੋਂ ਬਾਅਦ ਘਰ ਸਾਂਭਿਆ ਜਾਵੇ ਉਹ ਅਸੀਂ ਨਹੀਂ ਭਾਵ ਚ ਭਾਗੀਦਾਰ ਬਣਨਾ ਨਾ ਨਾ ਰਹੇਗਾ ਤੁਹਾਡਾ ਹੀ ਰਹੇਗਾ ਘਰ ਛੱਡਦਾ ਵੀ ਨਹੀਂ ਲੈਣਾ ਚਾਹੁੰਦੇ ਵੀ ਕੋਈ ਘਰ ਹੁੰਦੇ ਹੋਏ ਵੀ ਅਸੀਂ ਉਹ ਚੀਜ਼ ਦੇ ਵਿੱਚ ਆ ਜੀ ਦੱਸੋ ਭੈਣ ਜੀ ਦੱਸੋ ਬੈਠੋ ਬੈਠੋ ਤੁਸੀਂ ਬੈਠੋ ਜੀ ਜੇ ਕਿੱਦਾਂ ਕਰਨੀ ਚਾਹੁੰਦੇ ਤੁਸੀਂ ਦੱਸੋ ਸਾਡਾ ਤਾਂ ਮਰਜ਼ੀ ਕਰਨਾ ਨਾ ਮਰਜ਼ੀ ਨਹੀਂ ਹੈਗੀ ਹਾਂਜੀ ਨਹੀਂ ਸੁਣੋ ਇਹ ਨਾ ਹੈਗਾ ਵੀ ਚਲੋ ਹਨਾ ਸਾਂਭ ਸੰਭਾਲ ਚਲੋ ਵਧੀਆ ਗੱਲ ਆ ਤੁਸੀਂ ਪਰਿਵਾਰ ਚੋਂ ਓਦਾਂ ਤੁਸੀਂ ਟੱਬਰ ਚੋਂ ਵਿਹੜੇ ਚੋਂ ਚਲੋ ਯਾਰ ਇਹ ਤਾਂ ਫਰਜ਼ੀ ਬਣਦਾ ਆ ਰੋਟੀ ਦੇਣਾ ਸੇਵਾ ਕਰਨਾ ਬਜ਼ੁਰਗ ਮੁੰਡੇ ਦੋਨੇ ਸਹੀ ਸਲਾਮਤ ਆ ਮਾਤਾ ਤੋਂ ਬਾਅਦ ਮੁੰਡਿਆਂ ਦਾ ਹਿੱਸਾ ਬਣਦਾ ਇਹ ਨੀ ਵੀ ਤੁਸੀਂ ਸਾਡੇ ਕੋਲ ਮੁੰਡੇ ਛੱਡ ਕੇ ਬਾਅਦ ਦੇ ਵਿਚ ਉਹ ਇੱਕ ਘਰ ਸਾਂਭ ਲਿਆ ਜਾਵੇ ਤੇ ਉਹਦੇ ਵਿਚ ਅਸੀਂ ਵੀ ਆ ਜਾਈਏ ਵੀ ਮੁੰਡੇ ਉੱਥੇ ਛੱਡ ਦਿੱਤੇ ਆਸ਼ਰਮ ਚ ਜਿੰਨਾ ਚਿਰ ਮੁੰਡੇ ਉੱਥੇ ਰਹਿਣ ਘਰ ਕੋਈ ਪਿੱਛੋਂ ਸਾਂਭ ਲੈ ਬਜ਼ੁਰਗੋ ਗੱਲ ਹੀ ਨੀ ਬਣਦੀ ਉਹ ਠੀਕ ਹੈ ਸਰਪੰਚ ਸਾਹਿਬ ਗੱਲ ਹੀ ਨਹੀਂ ਬਣਦੀ ਜਾਣ ਤੋਂ ਬਾਅਦ ਫੇਰ ਤੁਸੀਂ ਹੱਕਦਾਰ ਹੈ ਹਾਂ ਫੇਰ ਮਾਤਾ ਜਿੱਦਾਂ ਕਹਿ ਜਾਂਦੀ ਉਹ ਪਤਾ ਨੀ ਮਾਤਾ ਹੁਣ ਬਈ ਤਾਂ ਕਿਹਨੇ ਪਹਿਲਾਂ ਮਾਲਕ ਨੂੰ ਉਹਦਾ ਕੋਈ ਪਤਾ ਨੀ ਪਤਾ ਨੀ ਇਹਨਾਂ ਦੀ ਕਿੰਨੀ ਜ਼ਿੰਦਗੀ ਹੈ ਮਾਤਾ ਦੀ ਕਿੰਨੀ ਜ਼ਿੰਦਗੀ ਹੈ ਮਾਤਾ ਚੜਾਈ ਸਵੇਰੇ ਕਰਦੇ ਭਾਵਾਂ ਠੀਕ ਹੈ ਤਾਂ ਉਹ ਪਰ ਤੁਸੀਂ ਉਹ ਥਾਂ ਨੀ ਕਿਸੇ ਨੂੰ ਦੇ ਸਕਦੇ ਘਰ ਵਾਲਾ ਥਾਂ ਨੀ ਕਿਸੇ ਨੂੰ ਦੇ ਸਕਦੇ ਘਰ ਨੀ ਕਿਸੇ ਨੂੰ ਦੇ ਸਕਦੇ ਉਹ ਕਹਿੰਦੇ ਜੇ ਸਾਨੂੰ ਪਤਾ ਲੱਗਾ ਸਵੇਰੇ ਤੁਹਾਡੇ ਲਿਆ ਕੇ ਘਰ ਬਾੜ ਦੇਣੇ ਇਹ ਜਦੋਂ ਇਸ ਸੰਸਾਰ ਤੋਂ ਚੱਲ ਜਾਣ ਉਦੋਂ ਤੁਸੀਂ ਉਸ ਘਰ ਦੇ ਹੱਕਦਾਰ ਜਿਹੜਾ ਹੋਊਗਾ ਮੈਂ ਮਾਤਾ ਨੇ ਮਾਤਾ ਜੀ ਜਿਹੜੀ ਅਸੀਂ ਗੱਲ ਕਰਦੇ ਹਾਂ ਸਮਝੇ ਤੁਸੀਂ ਅਸੀਂ ਕੀ ਗੱਲ ਕੀਤੀ ਅਸੀਂ ਇਹ ਮਾਤਾ ਜੀ ਗੱਲ ਕੀਤੀ ਆ ਇਹ ਕਹਿੰਦੇ ਵੀ ਇਹ ਤੁਹਾਡੇ ਵਿਹੜੇ ਚੋਂ ਆ ਵੀ ਤੁਹਾਡੇ ਜਾਣ ਤੋਂ ਬਾਅਦ ਘਰ ਸਾਂਭ ਲੈਣਾ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੀ ਸੇਵਾ ਕਰਦੇ ਪਰ ਮਾਤਾ ਦੋ ਮੁੰਡੇ ਤੇਰੇ ਸਹੀ ਸਲਾਮਤ ਆ ਘਰ ਸਾਂਭਣਿਆ ਇਹਨਾਂ ਦਾ ਵੀ ਹੱਕ ਬਣਦਾ ਹੁਣ ਸਾਡੇ ਕੋਲ ਛੱਡ ਕੇ ਇਹ ਨੀ ਵੀ ਭਾਰ ਲੱਥ ਜਾਂਦਾ ਤੇ ਆਪਾਂ ਮੁੰਡੇ
ਸਮਝ ਗਈ ਮਾਤਾ ਵੀ ਘਰ ਸਾਂਭ ਲਿਆ ਜਾਵੇ ਮੁੰਡੇ ਹੁਣ ਆਸ਼ਰਮ ਛੱਡਦੇ ਘਰ ਸਾਂਭਿਆ ਜਾਵੇ ਗਲਤ ਆ ਮਾਤਾ ਮੁੰਡੇ ਤੇਰਿਆਂ ਦਾ ਘਰ ਆ ਇਹਨਾਂ ਦੇ ਜਾਣ ਤੋਂ ਬਾਅਦ ਕੋਈ ਸਾਂਭੇ ਉਹ ਤੂੰ ਜਿਹਨੂੰ ਲਿਖ ਜੂਗੀ ਐਫੀਡਾਵਿਟ ਬਣਾ ਲੈ ਕਰ ਲੈਣ ਕਿਸੇ ਨੂੰ ਕੋਈ ਲੋੜ ਨੀ ਪਰ ਇਹ ਸਹੀ ਸਲਾਮਤ ਹੁੰਦੇ ਹੁੰਦੇ ਘਰ ਨੀ ਅਸੀਂ ਕਿਸੇ ਨੂੰ ਵੀ ਇਹ ਹਨਾ ਮੁੰਡੇ ਸਾਡੇ ਕੋਲ ਵੀ ਜ਼ਿੰਮੇਵਾਰੀ ਜੀਂਦੇ ਜਾਗਦੇ ਮੁੰਡਿਆਂ ਵੀ ਉਹਨਾਂ ਦਾ ਹਿੱਸਾ ਤਾਂ ਬਣਦਾ ਹੀ ਆ ਉਹ ਉਦਾਂ ਹੀ ਪਿਆ ਰਹੂਗਾ ਹੱਕ ਉਹਨਾਂ ਦਾ ਬਣਦਾ ਪਰ ਜੇ ਤੈਨੂੰ ਸਾਂਭਣ ਦੀ ਗੱਲ ਕਰਦੇ ਆ ਵੀ ਅਸੀਂ ਰੋਟੀ ਪਾਣੀ ਦਿੰਦੇ ਹਾਂ ਉਹ ਤਾਂ ਮਾਤਾ ਇੱਕ ਇਨਸਾਨੀਅਤ ਨਾਤੇ ਬੰਦੇ ਨੂੰ ਬਣਦਾ ਦੇਣੀ ਪਰ ਜੇ ਨਹੀਂ ਵੀ ਦਿੰਦੇ ਕੋਈ ਨੀ ਉਹ ਵੀ ਇੰਤਜ਼ਾਮ ਅਸੀਂ ਕਰ ਦਾਂਗੇ ਜੇ ਕਹਿ ਦੇਣ ਹੱਥ ਖੜੇ ਕਰ ਦੇਣ ਫਿਰ ਅਸੀਂ ਇੰਤਜ਼ਾਮ ਕਰ ਲਾਂਗੇ ਕੋਈ ਚੱਕਰ ਨੀ ਮਾਤਾ ਤੈਨੂੰ ਘਰ ਰੋਟੀ ਪਹੁੰਚਦੀ ਹੋ ਜੂਗੀ ਪੁੱਛ ਲਓ ਇਹ ਹੱਥ ਖੜੇ ਕਰ ਦੇਣ ਘਰ ਵੀ ਸਾਂਭਣ ਬਾਅਦ ਦੇ ਵਿੱਚ ਕੋਈ ਰੌਲਾ ਨੀ ਪਰ ਹੱਥ ਖੜੇ ਕਰ ਦੇਣ ਰੋਟੀ ਘਰ ਪਹੁੰਚਦੀ ਹੋਇਆ ਗੁਰੂ ਗੋਡਾ ਉੱਥੇ ਡਗਿਆਣੇ ਪਹੁੰਚਿਆ ਗੁਰੂ ਪੁੱਛ ਲਓ ਡੱਬਾ ਪੱਕਿਆ ਪਕਾਇਆ ਸਵੇਰੇ 11 ਵਜੇ ਤੋਂ ਪਹਿਲਾਂ ਰੋਟੀ ਪਹੁੰਚਿਆ ਗੁਰੂ ਜੀ ਹੋਰ ਦੱਸੋ 10:30 11 ਵਜੇ ਦੇ ਵਿੱਚ ਪਹੁੰਚਿਆ ਗੁਰੂ ਪੁੱਛੋ ਕਰੂਗੇ ਸੇਵਾ ਗੱਲ ਤੇ ਇਹੀ ਬਾਤ ਮੁੱਕਦੀ ਆ ਦੇਖੋ ਆਪਾਂ ਸਵਾਰਥ ਲਈ ਆਪਾਂ ਜੇ ਕਹਿ ਦੀਏ ਨਾ ਤੁਸੀਂ ਦਿਲੋਂ ਸੇਵਾ ਕਰੋ ਮਹਾਰਾਜ ਨੇ ਪਤਾ ਨੀ ਕੀ ਦੇ ਦੇਣਾ ਸਾਡੇ ਖਰੇ ਮਨ ਚ ਆਪੇ ਪਰਮਾਤਮਾ ਨੇ ਕੋਈ ਪਾਇਆ ਆਪਾਂ ਕਿਹੜਾ ਪਰ ਮੇਰੀ ਗੱਲ ਸਮਝੋ ਮੈਂ ਕਿਹੜੀ ਸਟੇਜ ਤੇ ਬੈਠਾ ਪਤਾ ਸਾਨੂੰ ਲੋਕ ਵਰਤ ਜਾਂਦੇ ਜੀ ਸਾਨੂੰ ਲੋਕ ਅਣ ਕੇ ਮੰਦ ਬੁੱਧੀ ਕਹਿ ਕੇ ਸਾਡੇ ਕੋਲ ਛੱਡ ਗਏ ਬੰਦੇ ਪਿੱਛੇ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਹਿੱਸੇ ਉਹ ਸਾਂਭ ਲੈਣ ਬੰਦੇ ਸਾਡੇ ਕੋਲ ਧੱਕੇ ਸਾਰੀ ਜ਼ਿੰਦਗੀ ਖਾਣ ਇਹ ਗੱਲਾਂ ਨੀ ਨਾ ਬਣਦੀਆਂ ਅੱਜ ਤਾਂ ਅਸੀਂ ਦੋਨੇ ਜਾਣੇ ਬੈਠੇ ਹਾਂ ਤੇ ਕੱਲ ਨੂੰ ਰੱਬ ਨਾ ਕਰੇ ਸਾਡੇ ਕੋਲ ਬੰਦਾ ਕੋਈ ਉਦਾਂ ਦਾ ਉਹ ਕਹੇ ਜਿਹੜਾ ਦੇ ਘਰ ਬਾਹਰ ਆ ਚਲੋ ਘਰਾਂ ਨੂੰ ਫਿਰ ਕੀ ਕਰਾਂਗੇ ਜਿੱਦਾਂ ਹੁਣ ਬੈਬੀ ਹੁੰਦੀ ਆ ਉਹਦੇ ਕਹਿੰਦੇ ਇਹ ਮੰਦ ਬੁੱਧੀ ਮੰਦ ਬੁੱਧੀ ਤੁਸੀਂ ਹੋਰ ਤਰੀਕੇ ਪਾਇਆ ਵੀ ਹੈ ਤੁਹਾਡਾ ਇਹਨਾਂ ਦੇ ਚਾਚੇ ਤਾਏ ਆਜਾ ਮਾਤਾ ਆਜਾ ਦਿਖਾਲੀਏ ਇੱਥੇ ਰਹਿਣੇ ਪੁੱਤ ਆਜਾ ਆ ਜੀ ਇੱਥੇ ਸਾਰਿਆਂ ਦੇ ਵਿੱਚ ਨਾ ਸਾਰੇ ਨਾਲ ਇੱਥੇ ਰਹਿਣੇ ਆ ਕੋਈ ਗੱਲ ਨੀ ਘਬਰਾ ਨਾ ਨਾਲ ਹੋਣਗੇ ਮੁੰਡੇ ਇਹ ਮਾਤਾ ਤੁਰ ਨੀ ਹੁੰਦਾ ਬਿਲਕੁਲ ਵੀ ਤੇ ਵਿਚਾਰੀ ਸਾਹਮਣ ਤੋਂ ਸਮਰਥ ਤਾਂ ਜੋ ਇਹਨਾਂ ਦੋਵਾਂ ਤੁਹਾਨੂੰ ਜਿਹੜੀ ਮਾਤਾ ਛੱਡ ਕੇ ਚੱਲੀ ਹੈ ਓਏ ਕੁੰਜੀ ਓਏ ਓਏ ਕੁੰਜੀ ਹਾਂ ਚਲੋ ਅੰਦਰ ਅੰਦਰ ਚੱਲ ਚਲੋ ਉਹਦੇ ਕੱਪੜੇ ਵੀ ਲੈ ਗਿਆ ਚਲੋ ਚਲੋ ਸ਼ਾਬਾਸ਼ ਮਾਤਾ ਕਿੱਦਾਂ ਠੀਕ ਆ ਹੁਣ ਚੱਲ ਗਿਆ ਮੁੰਡੇ ਖੁਸ਼ ਹਾਂ ਹੈਂ ਕਾਹਤੋਂ ਰੋਈ ਜਾਨੀ ਹੁਣ ਵੀ ਕਾਹਤੋਂ ਇੱਦਾਂ ਕਰੀ ਜਾਨੀ ਆ ਨਾ ਰੋ ਘਬਰਾ ਨਾ ਜਦੋਂ ਕਹਿੰਦੇ ਮਿਲਣ ਦਾ ਦਿਲ ਕਰੀ ਫੋਨ ਕਰਿਆ ਕਰੀ ਮੁੰਡੇ ਭੇਜ ਦਿਆ ਕਰਨਗੇ ਮਿਲਣ ਨੂੰ ਜਦੋਂ ਮਿਲਣ ਦਾ ਦਿਲ ਕਰੇ ਨਾ ਇਹ ਫੋਨ ਕਰਦੇ ਮੁੰਡੇ ਇੱਥੋਂ ਐਂਬੂਲੈਂਸ ਚੱਲ ਆਇਆ ਕਰਨਗੇ ਠੀਕ ਆ ਮਾਤਾ ਤੇਰਾ ਮਿਲਣ ਦਾ ਦਿਲ ਕਰੇ ਜਦੋਂ ਮਰਜ਼ੀ ਫੋਨ ਕਰੀ ਮੁੰਡੇ ਲੈ ਆਇਆ ਕਰਨਗੇ ਠੀਕ ਆ ਘਬਰਾਉਣਾ ਨੀ ਕੋਈ ਗੱਲ ਨੀ ਤੇ ਹੁਣ ਜ਼ਿੰਦਗੀ ਤੂੰ ਬੜਾ ਤੂੰ ਪੂਰੀ ਆਪਣੀ ਜ਼ਿੰਦਗੀ ਤਨਦੇਹੀ ਦੇ ਨਾਲ ਤੂੰ ਆਪਣੀ ਜ਼ਿੰਮੇਵਾਰੀ ਨਿਭਾਈ ਆ ਮਾਤਾ ਜ਼ਿੰਦਗੀ ਚ ਹੈਂ ਸਹੀ ਆ ਕਿ ਨਹੀਂ ਹੈਂ
गुम हो गया तीसरे दिन चल गया असि भी उठे गए पिंड की बड़ी मतलब सरपंच साहब ने बहुत हिम्मत की लभ्या कि लभ के लिया तो पहला जरा दो दिन का गैप से भावे लाश हो मेरे मूहे लिया करो मैं हो कुछ नहीं लाश लिया मेनू पता भी नहीं जींदा मैं ऐदा का मतलब भावना मां दी है मां मां चाहे पुत कि भी हो मां नहीं छड़ एक बार अखा ना दी मां कोई गल नहीं तू घबरा नहीं कोई है ठीक करके सोने कपड़े पवा के किसी दिन लिया तेरे को ठीक है माता तू घबरा ना बिलकुल भी मन चो गल कढ दे सही जगह पहुंच गए ते घबराउणा नहीं किसी गल तो ठीक है करमवीर घूमन उन्हां दा भी फोन आया सी बड़ा धन्नवाद जी बड़े भी इस मसलियां दे विच इहो जिहे वीरां दे परिवारां दे नाल बड़ा रखदे आ जदों भी ओ मैं कहा उधर लै जाओ अंदर अंदर लै जाओ अंदर अंदर चलो अंदर बड़ा रखते हैं वह भी जे कि कोई यह परिवार हो जरूर सानू याद कराते धन्यवाद भाई ता बहुत बहुत जी सारे सरपंच साहब ता भी बहुत बहुत धन्यवाद बहुत बहुत धन्यवाद हां माता गेट लगा रहा कोई गल नहीं घबरा नहीं ठीक है ओ नहीं नहीं माता इतने नहीं दबक सकता कोई भी कोई नहीं घबरा ना इतने परिवार वांगू ऐ ना रखांगे ठीक है ना आ देख किन्ने बंदे साडे कोल कोई गल नहीं माता तू ना हुण मन हल्का ना कर कोई गल नहीं ऐदा ना कर रो ना लै जाओ सोनू छड्डिया हां गड्डी गेट तो बाहर नहीं निकलते नहीं करते।